ਤਾਂ ਦੋ ਖਸ ਗੱਲ ਦਾ ਸਭ ਤੋਂ ਪਹਿਲਾਂ ਅਕਾਲੀ ਦਲ ਨੇ ਉਹ ਗੇਮ ਖੇਡੀ ਕਿ ਅਸੀਂ ਦਲਤ ਬੰਦਿਆਂ ਨੂੰ ਸਤਕਾਰ ਦੇਵਾਂਗੇ ਹੱਦ ਹੋ ਗਈ ਓਏ ਤੁਸੀਂ ਮੰਨਦੇ ਹੋ ਵੀ ਮਨੁੱਖ ਦਲਤ ਹੁੰਦਾ ਹੈ ਮਨੁੱਖ ਨੀਵਾ ਹੁੰਦਾ ਫਿਰ ਤੇ ਬ੍ਰਾਹਮਣ ਨਾਲੋਂ ਤੇ ਤੁਹਾਡੇ ਵਿੱਚ ਫਰਕ ਹੀ ਰਹਿ ਗਿਆ ਤੇ ਇਹੋ ਇਹੋ ਪਤਾ ਹੀ ਅਗਲੇ ਦੂਜਿਆਂ ਖੇਡ ਦਿੱਤਾ ਫਿਰ ਫਿਰ ਫਰਕ ਕੀ ਹੈ ਫਿਰ ਜੀ ਸੋਚ ਕੇ ਵੇਖੋ ਤੁਸੀਂ ਜਿਉਹ ਪਤਾ ਤੁਸੀਂ ਖੇਡਿਆ ਜੇ ਪੰਥਕ ਸਰਕਾਰ ਇਹ ਪਤਾ ਖੇਡਣਾ ਚਾਹੁੰਦੀ ਸੀ ਦੂਜਿਆਂ ਖੇਡਦਾ ਹੁਣ ਤਕਲੀਫ ਕਰਦੀ ਹੈ ਪਰ ਸਚਾਈ ਇਹ ਹੈ ਕਿ ਅਸੀਂ ਗੰਦੀ ਰਾਜਨੀਤੀ ਕਰ ਰਹੇ ਹਾਂ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਅਸੀਂ ਜਾਤ ਪਾਤ ਨੂੰ ਗੁਰਮਤ ਨਹੀਂ ਮੰਨਦੀ ਪਰ ਅਸੀਂ ਕੁਝ ਬੈਨੀਫਿਟ ਲੈਣ ਵਾਸਤੇ ਅਸੀਂ ਆਪਣੇ ਆਪ ਨੂੰ ਦਲਤਾ ਖਵਾ ਦਿੰਦੇ ਹਾਂ ਸਰਕਾਰਾਂ ਕੋਲੋਂ ਬੈਨੀਫਿਟ ਲੈਣ ਵਾਸਤੇ ਕਿ ਸਾਨੂੰ ਇਹ ਚ ਕੁਝ ਸਹੂਲਤਾ ਮਿਲ ਜਾਣੀਆਂ ਨੇ ਕੁਝ ਰਾਖਵਾ ਕਰਨਾ ਸਾਡਾ ਜਿਸ ਜਾਤ ਪਾਤ ਵਿੱਚੋਂ ਸਾਨੂੰ ਗੁਰਮਤਿ ਨੇ ਬਾਣੀ ਨੇ ਹੁੰਝ ਕੇ ਬਾਹਰ ਕੱਢਿਆ ਉਹਦੇ ਵਿੱਚ ਅਸੀਂ ਫੇਰ ਦੱਸਦੇ ਜਾ ਰਹੇ ਗੁਰੂ ਸਾਹਿਬ ਬਾਣੀ ਉਹਦੀ ਜਾਤੀ ਦੇ ਕਿ ਹੱਥ ਜਾਦੇ ਹੱਥ ਕੀ ਸੱਚ ਪਰਖੀ ਹੈ ਮੌੜਾ ਹੋਵੇ ਹੱਥ ਮਰੀਏ ਚੱਕੀਏ ਜ਼ਿਆਦਾ ਹੰਕਾਰ ਕਰਨਾ ਮੈਂ ਕਹਿੰਦਾ ਜ਼ਿਆਦਾ ਹੰਕਾਰ ਕਰਨਾ ਸੇਮ ਇਦਾਂ ਵਾ ਜਿਵੇਂ ਕਿਸੇ ਦੀ ਹੱਥ ਦੀ ਤਲੀ ਤੇ ਜ਼ਹਿਰ ਪਿਆ ਹੋਵੇ ਤੇ ਖਾਣ ਤੋਂ ਪਹਿਲਾਂ ਬੰਦੇ ਨੂੰ ਦੱਸ ਦਿਓ ਇਹ ਜ਼ਹਿਰ ਹੈ ਤੇ ਉਹ ਤੋਂ ਬਾਅਦ ਵੀ ਫੱਕਾ ਮਾਰ ਲਵੇ ਤੇ ਉਹ ਜਾਵੇ ਮਰ ਇਹੋ ਜਿਹੇ ਬੰਦੇ ਨਾਲ ਅਫਸੋਸ ਕਰਨ ਦੀ ਲੋੜ ਹੈ ਕਿ ਤਿੰਨ ਤੋਂ ਸਾਰਾ ਕੁਝ ਦੱਸਿਆ ਸੀ ਕਿ ਆ ਜਿਹੜਾ ਹੱਥ ਦੀ ਤਲੀ ਦੇ ਰੱਖਿਆ ਯਾਰ ਜਾਤੀ ਦੇ ਕਿ ਹੱਥ ਸੱਚ ਪਰ ਕੀ ਹੈ ਪਰਖ ਸੱਚ ਦੀ ਹੋਣੀ ਹੈ ਜਾਤ ਦੇ ਹੱਥ ਕੁਝ ਨਹੀਂ ਪਰ ਇੱਥੇ ਕਿੰਨੀ ਨੀਵੀਂ ਰਾਜਨੀਤੀ ਹੋ ਗਈ ਹੈ ਕਿ ਜਾਤਾਂ ਦੇ ਆਧਾਰਤ ਇੱਥੇ ਹੱਕ ਲੈਣ ਦੀਆਂ ਗੱਲਾਂ ਕਿੱਥੇ ਚੱਲ ਰਹੀਆਂ ਨੇ ਆਹ ਨੀਵੀਂ ਜਾਤ ਦਾ ਜੀ ਉੱਚੀ ਜਾਤ ਦਾ ਜੀ ਹੇ ਹੁਣ ਚੇਤਾ ਆਉਂਦਾ ਵੀ ਜਦੋਂ ਗੁਰੂ ਸਾਹਿਬ ਜੀ ਨੇ ਆਵਾਜ਼ ਮਾਰੀ ਸੀ ਨਾ ਵੀ ਆਓ ਇੱਕੇ ਥਾਂ ਤੇ ਬੋ ਕਿੱਥੇ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਕਿ ਭਾਈ ਲਾਲੋ ਦੇ ਘਰ ਜਾਣਾ ਇਕੱਠੇ ਬੈਠ ਕੇ ਪ੍ਰਸ਼ਾਦਾ ਪਾਣੀ ਛਕਣਾ ਇਹ ਅੱਜ ਸੰਗਤ ਵਿੱਚ ਜਦੋਂ ਅਸੀਂ ਬੈਠ ਕੇ ਪ੍ਰਸ਼ਾਦਾ ਛਕਦੇ ਸਾਨੂੰ ਆਮ ਗੱਲ ਲੱਗਦੀ ਹੈ ਪਰ ਸੋਚ ਕੇ ਵੇਖੋ ਜਿੱਥੇ ਬ੍ਰਾਹਮਣ ਦੇ ਬਰਾਬਰ ਕੋਈ ਦੂਜਾ ਬਹਿ ਨਹੀਂ ਸਕਦਾ ਉਥੇ ਗੁਰੂ ਨਾਨਕ ਨੇ ਇੱਕ ਸੰਗਤ ਇੱਕ ਪੰਗਤ ਦਿੱਤੀ ਵੀ ਇੱਥੇ ਬੈਠ ਕੇ ਪ੍ਰਸ਼ਾਦਾ ਛਕੋ ਇੱਕ ਥਾਂ ਤੇ ਬੈਠ ਕੇ ਇਸ਼ਨਾਨ ਕਰੋ ਆਓ ਫਿਰ ਆਪਾਂ ਅਗਲੀ ਗੱਲ ਕਰਦੇ ਜਿਹੜਾ ਬੰਦਾ ਤੁਹਾਡੇ ਨਾਲ ਬਰਾਬਰ ਬੈ ਕੇ ਰੋਟੀ ਖਾਣ ਨੂੰ ਤਿਆਰ ਨਹੀਂ ਅਗਲੀ ਗੱਲ ਤੁਸੀਂ ਕਿੱਥੋਂ ਕਰਨੀ ਹੈ ਮੈਂ ਆਪਣੇ ਸਮਾਜ ਦੀ ਗੱਲ ਕਰਦਾ ਅੱਜ ਤੋਂ 15 20 25 ਸਾਲ ਪਹਿਲਾਂ ਦੀਆਂ ਗੱਲਾਂ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਆਪਣੇ ਕਾਮੇ ਸੀ ਜਦੋਂ ਉਹਨਾਂ ਨੇ ਆਉਣਾ ਆਮ ਆਪਣੇ ਘਰਾਂ 'ਚ ਉਹਨਾਂ ਦੇ ਬਰਤਨ ਪਰਾਂ ਰੱਖਦੇ ਨੇ ਇੱਥੋਂ ਰੋਟੀ ਪਾ ਕੇ ਪਰਾਂ ਤੋੜਦੇ ਪਰ ਅੱਜ ਸਮਾ ਬਦਲ ਗਿਆ ਅੱਜ ਕਿਸਾਨ ਬਰਾਬਰ ਬਿਠਾ ਕੇ ਰੋਟੀ ਖਾਂਦਾ ਹੈ ਵੀ ਆਓ ਭਾਈ ਆਪ ਤੁਹਾਡੇ ਚ ਵੀ ਜਾਨ ਹੈ ਤੁਸੀਂ ਸਾਡੇ ਭੈਣ ਭਰਾ ਜੇ ਤੇ ਇਥੇ ਕਿਹੋ ਜਿਹਾ ਪੱਤਾ ਖੇਡਿਆ ਜਾ ਰਿਹਾ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕਿਸੇ ਨੇ ਨਹੀਂ ਕਿਹਾ ਕਿ ਉਹਦੇ ਵਿੱਚ ਕੋਈ ਲਿਆਕਤ ਹੋਏਗੀ ਜੇ ਜੋ ਕੇ ਸਮਝ ਮੰਨ ਲਓ ਮੈਂ ਨਹੀਂ ਕਿਸੇ ਹੱਕ ਜਾਂ ਕਿਸੇ ਵਿਰੋਧੀ ਗੱਲ ਕਰਦਾ ਪਰ ਮੈਂ ਕਹਿੰਨਾ ਦਲਤ ਦਲਤ ਕਹਿ ਕੇ ਬਾਰ-ਬਾਰ ਸ਼ਬਦ ਇਹਦਾ ਮਤਲਬ ਤੁਸੀਂ ਮੰਨਦੇ ਹੋ ਵੀ ਸਿੱਖਾਂ ਵਿੱਚ ਵੀ ਅੱਜ ਵਿਰੋਧੀਆਂ ਨੇ ਕਿੰਦਾ ਫੇਸਬੁੱਕ ਭਰ ਦਿੱਤੀ ਹੈ ਬਿਹਾਨ ਤੇ ਹੁਣ ਪਤਾ ਲੱਗਾ ਸਿੱਖਾਂ ਚ ਪਤਾ ਉਹਨਾਂ ਨੂੰ ਵੀ ਹੈਗਾ ਸਿੱਖਾਂ ਚ ਕੋਈ ਜਾਤ ਪਾਤ ਨਹੀਂ ਜਿਹੜੇ ਜਾਤ ਪਾਤ ਵਾਲੇ ਉਹ ਸਿੱਖ ਨਹੀਂ ਬਸ ਗੱਲ ਹੀ ਨਹੀਂ ਸੀ